पिछले दिन ही कबड्डी खिलाड़ी संदीप नंगलमिया का अज्ञात लोगों वालों गोलियां मार के उसकी हत्या कर दी गई सी। पुलिस पार्टी वालों अलग अलग टीमां बना के जिहड़े आरोपी है उन्होंने गिरफ्तारी की कोशिश की जा रही। साढ़े नाल मौजूद है SSP देहाती, उन्होंने गलबात कर लेने। सर, किन्ने बंदियां दी गिरफ्तारी हो चुकी, किन्ने बंदे बाकी है? 9 लोगों की टोटल गिरफ्तारी हो चुकी है। 4 तो पहले सके जिहड़े ऑलरेडी जेल्ड गैंगस्टर सके, तो 5 बंदे पिछले 3.5 हफ्तों से आप गिरफ़्तार किए, जिहदे विचों एक ਤਾਂ ਮੇਨ ਕੋਆਰਡੀਨੇਟਰ ਸੀਗਾ, ਵੈਪਨ ਪ੍ਰੋਵਾਈਡਰ, ਲੋਜਿਸਟਿਕ ਸਪੋਰਟ ਦਿੰਦਾ ਸੀਗਾ ਬੁਲੰਦਸ਼ਹਿਰ ਦਾ ਫੌਜੀ ਉਹਨੂੰ ਕਹਿੰਦੇ ਸੀਗੇ। ਫੌਜ 'ਚ 18 ਸਾਲ ਲਾ ਕੇ ਵੀ ਆਇਆ, ਸ਼ਾਰਪ ਸ਼ੂਟਰ ਸੀਗਾ, ਉਹ ਗ੍ਰਿਫਤਾਰ ਕੀਤਾ ਬੁਲੰਦਸ਼ਹਿਰ ਤੋਂ। ਦੂਜਾ ਦਿੱਲੀ ਦੇ ਨੇੜੇ ਫਰੀਦਾਬਾਦ ਤੋਂ ਇੱਕ ਹੋਰ ਬੰਦਾ ਵਿਜੇ ਮਾਲੇ, ਉਹ ਗ੍ਰਿਫਤਾਰ ਕੀਤਾ, ਅਗੇਨ ਹੀ ਵਾਜ਼ ਅ ਸ਼ਾਰਪ ਸ਼ੂਟਰ। ਕਾਫੀ ਪਰਚੇ ਮਰਡਰ ਦੇ, ਐਕਸਟੋਰਸ਼ਨ ਦੇ, ਡਕੈਤੀ ਦੇ ਦਰਜੇ ਇਹਨਾਂ 'ਤੇ। ਅਤੇ ਮਾਲੇ ਦੀ ਗ੍ਰਿਫਤਾਰੀ ਦੇ ਨਾਲ 2 ਹੋਰ ਕੇਸਿਸ ਜਿਹੜੇ ਸੀਗੇ ਜੋ ਆਲਰੇਡੀ ਟਰੇਸ ਸੀਗੇ ਬਟ ਇਹਦੀ ਇਨਵੋਲਵਮੈਂਟ ਜਿਹੜੀ ਉਹ ਸਾਹਮਣੇ ਆਈ ਹੈ। ਇੱਕ ਤਾਂ ਡਿਪਟੀ ਮਰਡਰ ਕੇਸ ਸੀਗਾ ਇੱਥੇ, ਉਹਦੇ ਵਿੱਚ ਵੀ ਮੇਨ ਵੈਪਨ ਸਪਲਾਇਰ ਅਤੇ ਸ਼ੂਟਿੰਗ 'ਚ ਆਹੀ ਬੰਦਾ ਇਨਵੋਲਵ ਸੀਗਾ। ਦੂਜਾ ਡਬਲ ਮਰਡਰ ਹੋਇਆ ਸੀਗਾ ਬਠਿੰਡੇ, ਜਿਹੜਾ ਨਰਵਾਣਾ ਗੈਂਗ ਦੇ ਬੰਦਿਆਂ ਦਾ, ਉਹਦੇ 'ਚ ਵੀ ਇਹ ਮੇਨ ਸ਼ੂਟਰ ਸੀਗਾ, ਹੀ ਵਾਜ਼ ਦ ਮੇਨ ਪਰਸਨ ਹੂ ਵਾਜ਼ ਇਨਵੋਲਵਡ। ਜਿੱਦਾਂ ਤੁਸੀਂ ਦੱਸਿਆ ਕਾਫੀ ਪਰਚੇ ਦਰਜ ਸੀਗੇ, ਕਾਫੀ ਪਰਚੇ ਕਿੱਥੇ ਕਿੱਥੇ ਦਰਜ ਸੀ, ਉਹਨਾਂ 'ਚ ਗ੍ਰਿਫਤਾਰੀ ਹੋ ਚੁੱਕੀ ਸੀ? ਨਹੀਂ, ਇਹ ਦੋਨੋਂ ਵਿਗੌੜੇ ਸੀਗੇ। ਅਤੇ ਮਾਲੇ 'ਤੇ ਤਾਂ 9 ਪਰਚੇ ਹੈ ਮਰਡਰ ਦੇ, 21 ਪਰਚੇ ਹੈ ਫੌਜੀ 'ਤੇ। ਫੌਜੀ ਇੱਕ ਵਾਰ ਜੇਲ੍ਹ ਗਿਆ ਕਾਫੀ ਪਹਿਲਾਂ, ਉਸ ਤੋਂ ਬਾਅਦ ਉਹ ਭਗੌੜਾ ਸੀਗਾ ਜੀ। ਨੰਗਲਮੀਆਂ ਨਾਲ ਦੁਸ਼ਮਣੀ ਕੀ ਸੀ ਇਹਨਾਂ ਦੀ? ਦੁਸ਼ਮਣੀ ਦੀ ਵਜ੍ਹਾ ਰੰਜਿਸ਼ ਜਿਹੜੀ ਸੀਗੀ ਉਹ ਫੈਡਰੇਸ਼ਨ ਦੀ ਆਪਸ 'ਚ ਖਿੱਚਤਾਨ ਜਿਹੜੀ ਹੈ ਉਹ ਸੀਗੀ। ਅਤੇ ਪਤਾ ਲੱਗਾ ਜਦੋਂ ਨੰਗਲਮੀਆਂ ਨੂੰ ਗੋਲੀਆਂ ਮਾਰੀਆਂ ਗਈਆਂ ਉੱਥੇ ਵੀ ਕ੍ਰੋਸ ਫਾਇਰ ਹੋਏ, ਮਗਰ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਚੱਲਦੀ ਪਈ ਸੀ ਉਹਦੇ 'ਚ ਕੁਝ ਵੀ ਨਹੀਂ ਦਿਖਾਈ ਦਿੱਤਾ? ਕ੍ਰੋਸ ਫਾਇਰ ਨਹੀਂ ਹੋਇਆ, ਆਪਸ 'ਚ ਜਦ 3-4 ਲੋਕ ਇੱਕ ਬੰਦੇ ਨੂੰ ਮਾਰ ਰਹੇ ਸੀਗੇ ਅਤੇ ਇੱਕ ਗੋਲੀ ਉਹਨੂੰ ਲੱਗੀ ਸੀਗੀ। ਉਹਦੀ ਗ੍ਰਿਫਤਾਰੀ ਕਿੱਥੋਂ ਹੋਈ ਹੈ? ਕਿਸ ਦੀ? ਜਿਹੜੇ ਬੰਦੇ ਨੂੰ ਗੋਲੀ ਵੱਜੀ ਸੀਗੀ, ਜਿਹੜਾ ਨਹੀਂ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਤੱਕ। ਹੁਣ ਦੱਸਿਆ ਜਾ ਰਿਹਾ ਜਦੋਂ ਨੰਗਲਮੀਆਂ ਨੂੰ ਸ਼ੂਟ ਕੀਤਾ ਗਿਆ ਕੋਈ ਵੈਪਨ ਜਿਹੜੇ ਹੈਗੇ ਬਾਹਰੋਂ ਵੀ ਇਸਤੇਮਾਲ ਕੀਤੇ ਗਏ ਸੀ, ਉਹ ਬਾਹਰੋਂ ਜਿਹੜੇ ਇਸਤੇਮਾਲ ਕੀਤੇ ਉਹ ਕਿੱਦਾਂ ਪਹੁੰਚ ਗਿਆ? ਜਿਹੜਾ ਫੌਜੀ ਸੀਗਾ ਉਹੀ ਲੈ ਕੇ ਆਏ ਸੀਗਾ, ਇਕੱਠੇ ਬੱਸ 'ਚ ਆਇਆ ਸੀਗਾ ਵੈਪਨ ਲੈ ਕੇ, ਅਤੇ ਸਾਰੇ ਵੈਪਨ ਉਹਨੇ ਪ੍ਰੋਵਾਈਡ ਕੀਤੇ ਸੀਗੇ। 5 ਸਟਾਰ ਪਿਸਟਲਸ ਹੈ, ਇੰਪੋਰਟਡ ਵੈਪਨਸ ਹੈ, ਅਤੇ 2-315 ਬੋਰ ਦੇ ਕੰਟਰੀ ਮੇਡ ਵੈਪਨਸ ਹੈ। 9 ਬੰਦੇ ਜਿਹੜੇ ਗ੍ਰਿਫਤਾਰ ਕੀਤੇ, ਕਿੱਥੇ ਕਿੱਥੇ ਰਹਿਣ ਵਾਲੇ, ਕੀ ਕੀ ਨਾਮ ਹੈ ਉਹਨਾਂ ਦੇ? ਰਹਿਣ ਵਾਲੇ ਤਾਂ ਇੱਕ ਹਰਿਆਣੇ ਦਾ ਹੈ, ਦਿੱਲੀ ਦੇ 2 ਹੈ, UP ਦੇ, ਪੰਜਾਬ ਦੇ, ਗੁੜਗਾਉਂ ਦੇ। 21 ਮਾਰਚ ਨੂੰ ਨੰਗਲਮੀਆਂ ਗੋਲੀਆਂ ਮਾਰੀਆਂ ਤੀਆਂ, ਕਾਫੀ ਲੰਬਾ ਸਮਾਂ ਹੋ ਗਿਆ ਸੀਗਾ, ਜਿਹੜੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਸੀ, ਕਿੱਥੇ ਕਿੱਥੇ ਲੋਕ ਬੈਠੇ ਹੋਏ ਸੀ, ਕਿਹਨਾਂ ਕਿਹਨਾਂ ਨੇ ਇਹਨਾਂ ਦੀ ਹੈਲਪ ਕੀਤੀ? ਜਿਹਨਾਂ 18 ਲੋਕੇਸ਼ਨਸ ਇਹਨਾਂ ਦੀ ਠਹਿਰਾਂ ਜਿਹੜੀ ਸੀਗੀਆਂ ਉਹ ਆਪਾਂ ਆਈਡੈਂਟੀਫਾਈ ਕੀਤੀਆਂ, ਰੇਡਸ ਹੋਈਆਂ, ਜਿਸਨੇ ਵੀ ਇਹਨਾਂ ਨੂੰ ਠਹਿਰ ਦਿੱਤੀ ਹੈ, ਸਿਮ ਦਿੱਤਾ ਹੈ, ID ਪ੍ਰੋਵਾਈਡ ਕੀਤੀ ਹੈ, ਵਹੀਕਲ ਪ੍ਰੋਵਾਈਡ ਕੀਤੀ, ਗੈਟ ਅਵੇ ਵਹੀਕਲ, ਜਾਂ ਕਿਸੇ ਨੂੰ ਫੋਨ ਵੀ ਕੀਤਾ ਇਹਨਾਂ ਲਈ, ਉਹ ਸਭਨਾਂ ਨੂੰ ਆਪਾਂ ਨਾਮਜ਼ਦ ਕੀਤਾ ਹੈ। ਹੁਣ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਰਹਿ ਗਈ ਹੈ? ਗ੍ਰਿਫਤਾਰੀ ਤਾਂ ਹੁੰਦੀ ਰਹੇਗੀ ਇਹਦੇ 'ਚ, ਵੀਲ ਟੇਕ ਦਿਸ ਕੇਸ ਟੂ ਦਾ ਲੋਜੀਕਲ ਕੰਕਲੂਜਨ। ਅਤੇ ਸਿਰਫ ਇਸ ਚੀਜ਼ 'ਚ ਨਹੀਂ ਰੁਕਣਗੇ ਕਿ ਜਿਹੜੇ ਸ਼ੂਟਰ ਹੈ ਜਾਂ ਗੈਂਗਸਟਰ ਹੈ ਉਹ ਗ੍ਰਿਫਤਾਰ ਹੋ ਰਹੇ ਹੈ, ਇਹਨਾਂ ਦੇ ਜਿਹੜੇ ਵੀ ਸਿੰਪਥਾਈਜ਼ਰਸ ਹੈ, ਜਿਹੜਾ ਠਹਿਰਾਂ ਦਿੰਦੇ ਹੈ, ਜਿਹੜੇ ਇਹਨਾਂ ਨਾਲ ਫਾਈਨੈਂਸ ਕਰਦੇ ਇਹਨਾਂ ਨੂੰ, ਉਹਨਾਂ ਨੂੰ ਵੀ ਆਪਾਂ ਨਾਮਜ਼ਦ ਕਰੇ ਗ੍ਰਿਫਤਾਰ ਕਰਾਂਗੇ। ਡਿਪਟੀ ਮਰਡਰ ਕੇਸ 'ਚ ਕੀ ਸੀਗੀ ਇਹਨਾਂ ਦੀ ਦੁਸ਼ਮਣੀ? ਇਹਨਾਂ ਦੀ ਆਪਸ ਰੰਜਿਸ਼ ਸੀਗੀ। ਅਤੇ ਕੋਈ ਇਹਨਾਂ ਨੂੰ ਪੈਸੇ ਦੀ ਡਿਮਾਂਡ ਵੀ ਆਈ ਸੀ, ਜਾਂ ਜਿਹੜੀ ਗੋਲੀਆਂ ਮਾਰੀਆਂ ਗਿਆ ਸੀ ਉਹਨਾਂ ਦੀ ਕਿਸੇ ਨੂੰ ਹੁਕਮ ਆਇਆ ਸੀ ਅੱਗੋਂ ਦੀ? ਪੈਸਾ ਵੀ ਇਨਵੋਲਵ ਸੀਗਾ, ਹੁਕਮ ਵੀ ਸੀਗਾ ਜੀ। ਹੁਕਮ ਕਿਹਦੇ ਵੱਲੋਂ ਦਿੱਤਾ ਗਿਆ? ਜੇਲ੍ਹ ਗੈਂਗਸਟਰ ਸੀਗੇ ਜਿਹੜੇ ਤਿਹਾੜ ਜੇਲ੍ਹ 'ਚ ਬੈਠੇ ਹੈ ਉਹਨਾਂ ਦਾ ਸੀਗਾ। ਹੁਣ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ ਜੀ? ਤੁਹਾਨੂੰ ਹਰ 15-20 ਦਿਨ ਬਾਅਦ ਆਪਾਂ ਪ੍ਰੋਗਰੈਸ ਰਿਪੋਰਟ ਦੇਵਾਂਗੇ ਕੇਸ ਦੀ। ਇਹ ਸੀ SSP ਦਿਹਾਤੀ, ਜਿਨ੍ਹਾਂ ਵੱਲੋਂ ਕਿਹਾ ਕਿ ਸੰਦੀਪ ਨੰਗਲਮੀਆਂ ਦੀ ਜਿਹੜੀ ਗ੍ਰਿਫਤਾਰੀ ਦੇ ਜਿਹੜੇ ਆਰੋਪੀ ਆ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ ਜਾਰੀ ਰਹੇਗੀ। ਕੈਮਰਾਮੈਨ ਜਤਿੰਦਰ ਵਿਨੇ ਸ਼ਰਮਾ, ਦੈਨਿਕ ਸਵੇਰਾ TV ਜਲੰਧਰ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਦਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435-0321।